ਭੰਗੂ ਲਾਗ ਦੇ ਵਿੱਚ ਤੇ ਟਾਈਮ ਹੋ ਗਿਆ 9:15 ਤੇ ਆਪਾਂ ਪਹੁੰਚ ਗਏ ਹਾਂ ਦੁਰਾਹਾ। ਦੁਰਾਹਾ ਪਹੁੰਚ ਗਏ, ਸਵੇਰੇ ਚੱਲੇ ਸੀਗੇ ਘਰੋਂ, ਲੇਟ ਹੋ ਗਏ, ਰਾਤ ਲੇਟ ਸੁੱਤੇ, ਗੱਲਾਂ ਗੁੱਲਾਂ ਕਰਦੇ ਰਹੇ ਤੇ ਗੱਲਾਂ ਕਰਦੇ ਕਰਦੇ ਨੂੰ ਨੀਂਦ ਆ ਗਈ। ਪਤਾ ਲੱਗਿਆ ਨਹੀਂ ਵੀ ਕਿੱਥੇ ਪਏ ਆ ਕਿੱਥੇ ਨਹੀਂ, ਕਿਉਂ ਜਿਹੜੀ ਘਰੇ ਨੀਂਦ ਆਉਂਦੀ ਆ ਨਾ ਟੈਨਸ਼ਨ ਫਰੀ ਨੀਂਦ ਆਉਂਦੀ ਆ, ਬਾਹਰ ਦਾ ਬੰਦੇ ਨੂੰ ਟੈਨਸ਼ਨ ਰਹਿੰਦੀ ਆ ਵੀ ਹਾਏ ਕੋਈ ਡੀਜ਼ਲ ਨਾ ਕੱਢ ਲਵੇ, ਕੋਈ ਫੋਨ ਨਾ ਚੱਕ ਲੈ ਜਾਵੇ ਗੱਡੀ 'ਚ ਵੜ ਕੇ, ਕੋਈ ਚੱਕ ਨਾ ਲੈ ਜਾਵੇ, ਹੈ ਨਾ ਤੇ ਟੈਨਸ਼ਨ ਫਰੀ ਹੋ ਕੇ ਸੋਏ ਸਵੇਰੇ। ਅੰਕਲ ਜੀ ਧੋਤੀ ਨਾ ਸਵੇਰੇ ਉੱਠੇ ਆਪਣਾ 6:30 ਤੁਰ ਪਏ ਸੀਗੇ ਆਪਾਂ ਤੇ ਪਾਰਟੀ ਵਾਲੇ ਨੂੰ ਫੋਨ ਕਰਿਆ, ਐਡਰੈਸ ਉਹਦਾ ਦੱਸਣੇ ਦਾ ਤਰੀਕਾ ਦੇਖੋ ਬੰਦੇ ਦਾ। ਹੈਲੋ ਹੈਲੋ, ਮੈਂ ਕਿਹਾ ਬਾਊ ਜੀ ਤੁਹਾਡਾ ਮਾਲ ਲੋਡ ਕਰਿਆ ਵੀ ਕਿੱਥੇ ਆਈਏ, ਬਸ ਚੁੰਗੀ ਤੇ ਆ ਕੇ ਲੁਧਿਆਣੇ ਐ ਮੁੜ ਜੀ। ਉਹ ਭਲਿਆ ਮਾਨਸਾ ਐ ਤਾਂ ਦੱਸ ਵੀ ਖੱਬੇ ਨੂੰ ਮੁੜਾ ਕਿ ਸੱਜੇ ਨੂੰ ਮੁੜਾ, ਐ ਮੁੜ ਜੀ, ਮੈਂ ਉੱਥੇ ਜਾ ਕੇ ਪੁੱਛ ਲਈ ਤੈਨੂੰ ਦੱਸ ਦੇਣਗੇ ਵੀ, ਐ ਤਾਂ ਦੱਸ ਵੀ ਮੈਂ ਉੱਥੇ ਪੁੱਛੂੰਗਾ ਕਿਹਾ ਵੀ ਹਾਂ ਵੀ ਮੈਂ ਫਲਾਣੇ ਫਲਾਣੇ ਰੋਡ 'ਤੇ ਜਾਣਾ, ਉਹਦਾ ਦੱਸ ਤਾਂ ਕਰਕੇ ਫਿਰ ਫੋਨ ਕੱਟਦਾ ਆ ਜਾ ਫਟਾਫਟ ਵੀ ਉੱਡ ਕੇ ਆ ਜਾਵਾਂ ਵੀ ਤੁਸੀਂ ਐਡਰੈਸ ਦੱਸੋ ਪ੍ਰੋਪਰ ਵੀ ਹਾਂ ਵੀ ਫਲਾਣਾ ਰੋਡ ਫਲਾਣੀ ਕਲੋਨੀ ਫਲਾਣਾ ਏਰੀਆ ਇਹੋ ਜਿਹੇ ਤਾਂ ਬੰਦੇ ਆ ਅਤੇ ਹੁਣ ਇਹਦੇ ਉੱਪਰ ਭਰਿਆ ਮੈਂ ਆਹ ਜਿਹੜਾ ਉਰੇ ਐਡਰੈਸ ਆਹ ਦੇਖੋ ਕਿਆ ਬਣਦਾ, ਇਹਦੀਆਂ ਰੋਕ ਰੋਕ ਕੇ ਜਿਹੜੇ ਆ ਮੇਰੇ ਵੀਰੋ ਹੌਲੀ 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 ਆਉਣ ਦਿਓ ਆਉਣ ਦਿਓ ਆਉਣ ਦਿਓ, ਚਲੋ 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 ਚਲੋ, ਇਹਨੂੰ ਧੱਕਾ ਲਾ ਰਹੇ ਆ, ਆ ਗਿਆ ਹੋ ਗਿਆ ਜ਼ੋਰ ਲਗਾ ਕੇ ਹਈ ਸ਼ਾ ਬ੍ਰੇਕ ਦੱਬ ਕੇ ਬੈਠ ਜਾ ਬਾਈ ਛੱਟੀ ਨਾ। ਪਹੁੰਚ ਗਏ ਆਪਾਂ ਕੰਡੇ 'ਤੇ, ਉਹ ਪਿਛਲੇ ਪਾਸੇ ਕੰਡਾ ਅਤੇ ਲੇਬਰ ਵਾਲੇ ਵੀ ਆ ਗਏ, ਉਹ ਕਹਿੰਦੇ ਵੀ 2 ਤਰ੍ਹਾਂ ਦਾ ਮਾਲ ਆ, ਮੈਂ ਕਿਹਾ ਹਾਂਜੀ, ਉਹ ਖੜਿਆ ਲੇਬਰ ਵਾਲਾ ਪਿੱਛੇ ਕਿਆ ਕਹਿੰਦਾ, ਹਾਂ ਹਾਂ ਖੜਿਆ ਬਾਈ ਆ, ਉਹ ਚੜ੍ਹ ਕੇ ਦੇਖ ਰਿਹਾ ਤੈਨੂੰ ਮਾਲ ਅਤੇ ਫਿਰ ਦੇਖਦੇ ਹਾਂ ਕਿਆ ਬਣਦਾ। 2 ਘੰਟਾ ਵੀ ਕਰਦੇ ਹਾਂ ਬੈਕ ਗੱਡੀ ਅਤੇ ਕੰਡੇ ਪਰ ਚੜ੍ਹਾਉਂਦੇ ਹਾਂ, ਫਿਰ ਕਰਦੇ ਹਾਂ ਆਪਾਂ ਗੱਡੀ ਲਾ ਕੇ ਸਾਫ਼ ਸਫਾਈ ਯਾਰ, ਰੇਤਾ ਜਿਹਾ ਪਤਾ ਨਹੀਂ ਕਿਉਂ ਰੇਤਾ ਸੱਚ ਉਰੇ ਆ ਗਿਆ ਪਿੱਛੇ ਨਾ, ਉਹ ਸੀਗਾ ਰੋਡ ਸਾਰਾ ਕੱਚਾ, ਕਰੀਏ ਬੈਕ ਕਿੰਨਾ ਆ ਰਿਹਾ 45,790 HR 37D 42,50 ਯਾਰ 37 ਹਾਂ ਡੀ ਬਿਆਲੀ 50 ਕਹਿੰਦੇ ਇਹਦੇ 'ਚ ਬੈਗ ਲਾਓ, ਦੇਖੋ ਦੱਸ ਬੈਗ ਲੱਗ ਜੂਗੀ, ਇੱਧਰ ਕਾਰਾਂ ਖੰਭਾ ਉੱਧਰ ਵੀ ਖੰਭਾ ਇੱਧਰ ਵੀ ਖੰਭਾ, ਗੱਡੀ ਲਾਤੀ ਆਪਾਂ ਨੇ ਮੋੜ ਕੇ ਗਿਆ ਸਿੱਧੀ ਉਹ ਲਾਤੀ ਅਤੇ ਆਹ ਦੇਖੋ ਮਾੜਾ ਜਿਹਾ ਫਰਕ ਆ, ਉੱਧਰ ਵੀ ਖੰਭਾ ਇੱਧਰ ਵੀ ਖੰਭਾ ਅਤੇ ਉਹ ਪਰਲੇ ਪਾਸੇ ਵੀ ਖੰਭਾ, ਕਹਿੰਦਾ ਗੱਡੀ ਉੱਥੇ ਅੱਗੇ ਦੇਖ ਆ, ਕਹਿੰਦਾ ਉੱਥੇ ਤਾਂ ਮੁੜ ਜੂਗੀ, ਉੱਥੇ ਗਿਆ ਦੇਖਣ ਉੱਥੇ ਜਗ੍ਹਾ ਤਾਂ ਹੈ ਨਹੀਂ, ਮੈਂ ਕਿਹਾ ਸਾਈਕਲ ਥੋੜ੍ਹੀ ਆ ਕਾਰ ਥੋੜ੍ਹੀ ਆ ਵੀ ਇੰਨੀ ਕੁ ਜਗ੍ਹਾ 'ਚ ਨੂੰ ਮੁੜ ਜੂਗੀ, ਕਹਿੰਦਾ ਇੱਥੇ ਬੈਗ ਲਾਉਣੀ ਆ, ਮੈਂ ਕਿਹਾ ਬੈਗ ਬੂਕ ਨਹੀਂ ਲੱਗਦੀ ਆਉਣਾ ਇੱਥੇ ਖੜੀ ਆ ਕਰ ਦਿਓ ਖਾਲੀ, ਹਾਂ ਜਿੱਥੇ ਲੱਗਦੀ ਹੁੰਦੀ ਆ ਬੈਗ ਆਪਾਂ ਪਹਾਉਂਦੇ ਵੀ ਨਹੀਂ, ਆਪਾਂ ਮਿੰਟ 'ਚ ਲਾ ਦਿੰਦੇ ਹਾਂ ਵੀ ਚੱਲ
ਹੁਣ ਦੱਸੋ ਇੱਧਰ ਵੀ ਖੰਭਾ ਆਹ ਉਹ ਪਰੇ ਵੀ ਖੰਭਾ ਤੇ ਹੁਣ ਆਪਾਂ ਖਾ ਪੀ ਕੇ ਆਉਂਦੇ ਹਾਂ ਕੁਛ ਇਹਨਾਂ ਨੂੰ ਪੁੱਛਦੇ ਹਾਂ ਵੀ ਕਿੱਥੇ ਆ ਉਰੇ ਚਾਹ ਪਾਣੀ ਦੀ ਦੁਕਾਨ ਕਰਤਾ ਇਹਨਾਂ ਨੇ ਮਾਲ ਤਾਰਨਾ ਸ਼ੁਰੂ ਤੇ ਹੱਥਾਂ ਨਾਲ ਤਾਰ ਰਹੇ ਹਾਂ ਵਿਚਾਰੇ ਲੱਗ ਜੂਗਾ ਟਾਈਮ ਜੇ ਤਾਂ ਚੁੰਬਕ ਵਾਲਾ ਜਗਾੜ ਹੁੰਦਾ ਫਿਰ ਤਾਂ ਚੁੰਬਕ ਲਾਓ ਚਲੋ ਚੁੰਬਕ ਲਾਓ ਚਲੋ ਹਾਂਜੀ ਬਾਈ ਕਮੈਂਟ ਆ ਰਹੇ ਹਾਂ ਬਾਈਆਂ ਦੇ ਕਈਆਂ ਦੇ ਵਿੱਚ ਵੀ ਵੀਡੀਓ ਦੀ ਕੁਆਲਿਟੀ ਠੀਕ ਨਹੀਂ ਹੈਗੀ ਬਾਈ ਆਹ ਦੇਖੋ ਅੰਕਲ ਵਾਲਾ ਫੋਨ ਆ ਠੀਕ ਆ ਨਾ ਆ ਇਹਦੇ 'ਚ ਚਲਾਈ ਵੀ ਆ ਮੈਂ ਵੀਡੀਓ ਠੀਕ ਆ ਅਤੇ ਆ ਪੂਰੀ ਕੁਆਲਿਟੀ ਮਤਲਬ ਠੀਕ ਆ ਜੀ ਸੈੱਟ ਆ ਕੁਆਲਿਟੀ ਹੁਣ ਕਈ ਬੰਦੇ ਦੇ ਕਮੈਂਟ ਆ ਰਹੇ ਆ ਵਿੱਚ ਵੀ ਬਾਈ ਯਾਰ ਠੀਕ ਨਹੀਂ ਹੈਗੀ ਕੁਆਲਿਟੀ ਇਹ ਕੀ ਚੱਕਰ ਆ ਬਾਈ ਯਾਰ ਕੋਈ ਦੱਸ ਸਕਦਾ ਜੇ ਕਿਸੇ ਬਾਈ ਨੂੰ ਆਪਣੇ ਨੂੰ ਪਤਾ ਇਸ ਬਾਰੇ ਠੀਕ ਆ ਦੱਸਿਓ ਜ਼ਰੂਰ ਯਾਰ ਮੈਨੂੰ ਜਾਂ ਮੈਸੇਜ ਕਰ ਦਿਓ ਇੰਸਟਾਗ੍ਰਾਮ 'ਤੇ ਗੁਰਦੇਵ ਭੰਗੂ ਦੇ ਨਾਮ ਤੋਂ ਆਈ ਡੀ ਆ ਹੁਣ ਦੇਖੋ ਇਹ ਫੋਨ 'ਚ ਠੀਕ ਚੱਲਦੀ ਪਈ ਆ ਅੱਧਾ ਮਾਲ ਦਾ ਉੱਤਰ ਗਿਆ ਜਿਹੜਾ ਪਿੱਛੇ 10 ਟਨ ਸੀਗਾ ਮੋਟਾ ਅਤੇ ਹੁਣ ਗੱਡੀ ਉਹ ਉੱਥੇ ਬਹਿ ਕੇ ਜਾਊਗੀ ਬਹਿ ਕੇ ਜਾ ਕੇ ਫਿਰ ਕੰਡਾ ਕਰਾਉਣਾ ਪੈਣਾ ਫਿਰ ਆਹ ਉਤਰੂਗਾ ਅਤੇ ਰੱਖਦੇ ਹਾਂ ਫੱਟੇ ਫੁੱਟੇ ਬੱਤੇ 20 ਕਿਲੋ ਹੀ ਘੱਟ ਰਹਿ ਗਿਆ ਉਹਦੇ 10 ਟਨ 'ਤੇ 35,810 ਹੋ ਗਿਆ 99-80 ਅਬ ਇਹ ਕਹਾਂ ਉਤਰੇਗਾ ਬਗਲੇ ਮੈਂ ਜਗ੍ਹਾ ਤੁਹਾਡੀ ਪੂਰੀ ਪੂਰੀ ਹੈ ਸੜਕ ਦਾ ਹਾਲ ਦੇਖ ਲਓ ਪੂਰੀ ਪੂਰੀ ਜਗ੍ਹਾ ਉਹ ਪਿੱਛੇ ਜਿੱਥੇ ਗੱਡੀ ਉਹ ਕਰੀ ਗੱਡੀ ਆ ਕਾਰਾਂ ਵਾਲੇ ਕਾਰਾਂ ਨਹੀਂ ਹਟਾਉਂਦੇ ਸਾਈਡ 'ਚ ਦੱਸ ਵੀ ਗਲੀ ਤੁਹਾਡੇ ਬਾਪ ਦੀ ਆ ਕਹਿੰਦੇ ਸਾਨੂੰ ਤਾਂ ਆਹੀ ਕੰਮ ਰਹਿ ਗਿਆ ਵੀ ਕਦੇ ਅੱਗੇ ਕਰ ਦਿਓ ਕਦੇ ਪਿੱਛੇ ਵੀ ਸਾਲਿਆਂ ਨੂੰ ਆਪਣੇ ਅੰਦਰ ਖੜੀਆਂ ਕਰੋ ਫੈਕਟਰੀ 'ਚ ਰੋਟੀ ਆਪਾਂ ਖਾਇਆ ਏ ਅੰਕਲ ਆਪਾਂ ਉੱਥੇ ਬਾਹਰ ਉੱਥੇ ਜਿੱਥੇ ਖੜ੍ਹੇ ਤੇ ਜਿੱਥੋਂ ਗੱਡੀ ਭਰ ਕੇ ਲਿਆਏ ਹੈਂ ਹਾਂ ਇੱਕ ਟਾਈਮ 'ਚ ਮਤਲਬ ਆਪਾਂ ਲਾ ਲਾ ਵੀ ਅਤੇ ਦਾਲ ਵੀ ਲਵਾਉਂਦੇ ਤੇ ਹਰ 7-8 ਰੋਟੀਆਂ ਖਾਂਦੇ ਤੇ ਹੈ ਨਾ ਹਾਂ ਤਾਂ 190-200 ਬਣਦੇ ਤੇ ਹੈ ਨਾ ਹੁਣ ਆਪਾਂ ਨਾਲ ਦਾਲ ਖਾਈਆਂ ਦਾਲ ਖਾਈ ਇੱਕ ਹੈਂ 4 ਮੈਂ 7 ਰੋਟੀਆਂ ਖਾਈਆਂ ਠੀਕ ਹੈ ਕਿੰਨੇ ਪੈਸੇ ਲਏ ਹੋਣੇ ਨਾ ਸਿਰਫ 55 ਰੁਪਏ ਆ ਵੀ ਤਾਂ ਕੁਛ ਕਮਾ ਹੀ ਰਿਹਾ ਉਹ ਵੀ ਗੱਡੀ ਖਾਲੀ ਆਪਣੀ ਥੋੜ੍ਹਾ ਜਿਹਾ ਹੀ ਰਹਿ ਗਿਆ ਮਾਲ ਵਿੱਚ ਮੈਂ ਕਹਿੰਦਾ 15-20 ਬੰਡਲ ਰਹਿ ਗਏ ਹੁਣੇ ਆਉਣੇ ਵਾਲੀ ਆ ਉਰੇ ਬਣਦੇ ਆ ਨਟ ਬੋਲਟ ਅਤੇ ਵਾਸ਼ਲਾਂ ਆ ਜਿਹੜਾ ਆਹ ਹੁੰਦਾ ਨਾ ਇਹਨਾਂ 'ਚੋਂ ਵਾਸ਼ਲਾਂ ਨਿਕਲਦੀਆਂ ਛੋਟੀਆਂ ਛੋਟੀਆਂ ਉਹ ਮਸ਼ੀਨਾਂ ਚੱਲ ਰਹੀਆਂ ਨਾ ਠੱਕ 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 ਇਹਨਾਂ ਦੇ ਇਹ 'ਚੋਂ ਬਰੀਕ ਵਾਸ਼ਲਾਂ ਨਿਕਲ ਜਾਂਦੀਆਂ ਛੋਟੀਆਂ ਇਹ 'ਚੋਂ ਵੱਡੀਆਂ ਬੜੀਆਂ ਬੜੀਆਂ ਏਡੀਆਂ ਮੋਟੀਆਂ ਉਹ ਵੀ ਆਪਣੀ ਗੱਡੀ ਖਾਲੀ ਅਤੇ ਚੱਲਿਆ ਕੰਡਾ ਕਰਾਉਣ ਅੱਗੋਂ ਸਿੱਧਾ ਹੀ ਕੱਢ ਦੇਣੀ ਇਹਦੇ ਉੱਪਰ ਨੂੰ ਹੈਗਾ ਰੋਡ ਘੁਮਾ ਕੇ ਪਰਲੇ ਪਾਸੇ ਨੂੰ ਅਤੇ ਫਿਰ ਜਾਵਾਂਗੇ ਅੰਬਾਲੇ ਖਾਲੀ ਗੱਡੀ ਦਾ ਵਜ਼ਨ 13,870 ਹੈਂ 21,940 ਜੋ ਮਤਲਬ ਜੋੜ ਤੋਂ ਦੇ ਸਾਰਾ ਕਿਤਨਾ ਹਾਂ ਹਾਂ ਔਰ ਉਹ ਸਵੇਰ ਵਾਲਾ ਵੀ ਜੋੜ ਦੇਣਾ
आ गए आप मेन रोड तो बहर कंडा कुंडा करा आ गए 40 किलो वजन बढ़िया अपना तो पैसे वो कहना खाते च पा देंगे जिन्ने के थोड़े बचे हैं रोकड़ तो हम चलते हैं वह घर और तो कोई चारा नहीं आलू वाले कर फोन वो कहते भाई हले 12 डेयरी का माल निकल रहा भी 7-8 तरीक तो बाद जाके आलू चलना पूरा फिर आप आलू भरा अज थानू हॉर्न सुनाने आप सारे पर मारांगे थोड़ी थोड़ी देर बाद कट के मतलब ऐ लगेगा भी कट्ठे ही मार रहा हॉर्न रेडी 1 2 3 एक एक बीप नहीं हो गई मेरे लगता बंद ताही होंगे पिछे हिंदी पंजाबी मैक्स है अद्धिया का तो सानू भी नहीं पता है ना जो भी केड़िया आ गया वह मारी जाने हैं टपाई जाने आ जरूर पता किन्ने बजे हाजरी लवाव तेरे को जन्ना दसदा सही चक्कर चे करे मेरे चित्तड़ लाल करे वे
ਹਾਂ ਮਾਰ ਨਹੀਂ ਸਕਦੇ ਪ੍ਰੈਸ਼ਰ ਆਪ ਨਾ ਆਪਾਂ ਬੀਪ ਨਹੀਂ ਬੰਦ ਹੋ ਗਈ ਬਾਈ ਇੱਕ ਉਹਦੇ ਕਰਕੇ ਥੋੜ੍ਹੀ ਜਿਹੀ ਦਰਜ ਹੋ ਰਹੀ ਆ ਅਤੇ ਤੁਹਾਨੂੰ ਐਨ ਸਮਝ ਆਉਣੀ ਸੀਗੀ ਸਰਹੰਦ ਪਹੁੰਚ ਗਏ ਆਪਾਂ ਅਤੇ ਹੋਰਨ ਜਿੰਨੇ ਕੁ ਬੱਚੇ ਓਨੇ ਕੁ ਸੁਣਾ ਤੇ ਤੁਹਾਨੂੰ ਠੀਕ ਆ ਗੁੱਸਾ ਨਾ ਕਰਿਓ ਵੀ ਸਾਰੇ ਨਹੀਂ ਵਜਾਏ ਬਾਈ 80 ਵਾਜਾਂ 80 ਵਾਜਾਂ ਤਾਂ ਅੰਬਾਲੇ ਤੱਕ ਵੱਜ ਜਾਣੀਆਂ ਨੇ ਅਤੇ ਬਾਕੀ ਫਿਰ ਦਿਨ ਸੁਣਾ ਦਾਂਗੇ ਠੀਕ ਆ ਅਤੇ ਜੇ ਹੁਣ ਆਉਂਦਾ ਦਿਨ ਫਿਰ ਆਪਾਂ ਨੇ ਲਵਾਉਣੀ ਸੀ ਟੇਪ ਇਸ ਕਰਕੇ ਹੁਣ ਟੇਪ ਵਾਲਾ ਵੀ ਅੱਜ ਕਈ ਕੰਮ ਮਿਸ ਹੋ ਗਏ ਜਗਤਾਰ ਮਾਂਗਟਵੀਰ ਨੂੰ ਮਿਲਣਾ ਸੀਗਾ ਉਹ ਵਿਚਾਰਾ ਲੇਟ ਹੋ ਗਿਆ ਅਤੇ ਆਪਾਂ ਆਪਣੀ ਗੱਡੀ ਖਾਲੀ ਹੋ ਗਈ ਆਪਾਂ ਇਸ ਦਿਨ ਆ ਗਏ ਸਵੇਰ ਦਾ ਉਹ ਫੋਨ ਕਰਦਾ ਸੀਗਾ ਬਾਈ ਮਿਲ ਕੇ ਜਾਈ ਅਤੇ ਕਹਿੰਦਾ ਮੈਂ ਆਊਂਗਾ ਉਹ ਲੇਟ ਹੋ ਗਿਆ ਵਿਚਾਰਾ ਉਹਨੂੰ ਕੰਮ ਤੋਂ ਨਹੀਂ ਕੰਮ 'ਤੇ ਲੇਟ ਹੋ ਗਿਆ ਜਿਹੜਾ ਜਿੱਥੇ ਗਿਆ ਵਾ ਹੁਣ ਅਤੇ ਇਸ ਕਰਕੇ ਮਾਂਗਟ ਵੀਰੇ ਸੋਰੀ ਆਪਾਂ ਅਗਲੇ ਚੱਕਰ ਮਿਲਾਂਗੇ ਪੱਕਾ ਠੀਕ ਆ ਅਤੇ ਟੇਪ ਵੀ ਅਗਲੇ ਚੱਕਰ ਲਵਾਵਾਂਗੇ ਹੁਣ ਤੁਹਾਨੂੰ ਪਤਾ ਸਰਹੰਦ ਦਾ ਸਰਹੰਦ ਹੈ ਜੰਮੂ ਵਾਲੀ ਜਿੰਨੀ ਗੱਡੀ ਹੈ ਉਹ ਸਰਹੰਦ ਆ ਕੇ ਥੱਲੇ ਨੂੰ ਆਉਂਦੀ ਆ ਉਹਦੀ ਬ੍ਰੇਕ ਪੱਕੀ ਵੱਜਦੀ ਆ ਉਹ ਆ ਦੁਕਾਨ ਇਹਦੀ ਢੀਂਗਰੇ ਦੀ ਇਹ ਆਹ ਹੁਣ ਤਾਂ ਬੰਦ ਕਰਕੇ ਘਰ ਨੂੰ ਚਲੇ ਗਏ ਅਗਲੇ ਕਿੱਧਰ ਆ ਆਹ ਇੱਥੇ ਨੂੰ ਤਾਰੀ ਦੀ ਪਿਛਲੇ ਚੱਕਰ ਗੱਡੀ ਹਾਂ ਜਿੱਥੇ ਜਨਰੇਟਰ ਜਿਹਾ ਪਿਆ ਹਰਾ ਹਰਾ ਜਿਹਾ ਸ਼ੈੱਡ ਪਿਆ ਵਾ ਜਨਰੇਟਰ 'ਤੇ ਅਤੇ ਉਹ ਬਡਾਲੀ ਵਾਲੇ ਵੀਰ ਨੂੰ ਮਿਲਣਾ ਸੀਗਾ ਉਹਦਾ ਪਿੰਡ ਇੱਧਰ ਆ ਅਤੇ ਕਈ ਕੰਮ ਰਹਿ ਗਏ ਅੱਜ ਆਪਣੇ ਚਲੋ ਜਿੱਥੇ ਮਹਾਰਾਜ ਰੱਖੇ ਉੱਥੇ ਰਹਿਣਾ ਪੈਂਦਾ ਆਪਾਂ ਕੁਛ ਨਹੀਂ ਕਰ ਸਕਦੇ ਉਹਦੀ ਮਰਜ਼ੀ ਦੇ ਬਿਨਾਂ ਤਾਂ ਆਪਾਂ ਸਾਹ ਵੀ ਨਹੀਂ ਲੈ ਸਕਦੇ ਵੀਰੇ ਮਾਂਗਟ ਵੀਰੇ ਗੁੱਸਾ ਨਾ ਕਰੀ ਠੀਕ ਆ ਬਾਕੀ ਲਵ ਯੂ ਆ ਸਾਰਿਆਂ ਨੂੰ ਰਾਜਪੁਰਾ ਕਰ ਲਿਆ ਪਾਰ ਆਪਾਂ ਅੰਕਲ ਨੂੰ ਛੱਡਾਂਗੇ ਸਵੇਰੇ ਆਏਗਾ ਅੰਕਲ ਫਿਰ ਸਵੇਰੇ ਦੇਖਦੇ ਹਾਂ ਜੇ ਉਹਨੇ ਪੈਸੇ ਪਾ ਦੇ ਟਾਈਮ ਨਾਲ ਫਿਰ ਟਾਇਰ ਟੂਰ ਲਵਾ ਲਾਂਗੇ ਅੱਗੇ ਅਤੇ ਉਰਲੇ ਟਾਇਰ ਨਵੇਂ ਲੱਗਣੇ ਆ ਅਤੇ ਇੱਕ ਆਹ ਬੱਤੀ ਦਿਖਾਉਣੀ ਆ ਆਹ ਬੱਤੀਆਂ ਆ ਰਹੀਆਂ ਦੋ ਆਹਦਾ ਜਿਹੜਾ ਇੰਜ ਉਹ 'ਚ ਫਿਲਟਰ 'ਚ ਪਾਣੀ ਆਉਂਦਾ ਉਹਦੀ ਬੱਤੀ ਆ ਪਾਣੀ ਵੀ ਕੱਢ ਲਿਆ ਫਿਰ ਵੀ ਬੱਤੀ ਆਈ ਜਾ ਰਹੀ ਆ ਅਤੇ ਉੱਪਰ ਉੱਪਰ ਵਾਲੀ ਚੈੱਕ ਇੰਜਣ ਦੀ ਆ ਇਹ ਕਈ ਵਾਰ ਆ ਕੇ ਆਪਣੇ ਆਪ ਬੰਦ ਹੋ ਜਾਂਦੀ ਆ ਅਤੇ ਕਈ ਵਾਰ ਆਪੇ ਆਉਂਦੀ ਰਹਿੰਦੀ ਆ ਅਤੇ ਚਮਾਰੂ ਪਹੁੰਚ ਗਏ ਚਮਾਰੂ ਅਤੇ ਹੁਣ ਹੋਰ ਤਾਂ ਕੋਈ ਕੰਮ ਆਏ ਨਹੀਂ ਅਤੇ ਕਿੱਦਾਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੋਗ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਵੇ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਅੰਕਲ ਅਗਲੇ ਵਲੋਗ 'ਚ ਅੰਕਲ ਵਾਹ ਐਂ ਕਰ ਦਿੰਦਾ ਖੜੀ ਚੜ੍ਹਦੀ ਕਲਾ ਜਾ ਚੜ੍ਹਦੀ ਕਲਾ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ।